ਇਹ ਇੰਜੈਕਸ਼ਨ ਜੀ ਗਵੀਆਂ ਜਿਹੜੀਆਂ ਸਾਡੀਆਂ ਮੋਟਰਾਂ ਨੇ ਉਹਨਾਂ ਤੋਂ ਇਹ ਜਿਹੜੇ ਸਮੈਕ ਪੀਂਦੇ ਨੇ ਚਿੱਟਾ ਪੀਂਦੇ ਨੇ ਇਹ ਇੰਜੈਕਸ਼ਨ ਉਹਨਾਂ ਤੋਂ ਫੜੇ ਨੇ ਪ੍ਰੇਸ਼ਨ ਪ੍ਰੂਸ਼ਨ ਦਾ ਗੱਲ ਸੁਣ ਲੈ ਪੈ ਪੀਂਦੇ ਚਿੱਟੇ ਤੋਂ ਪਤਾ ਨਹੀਂ ਲੱਗਦਾ ਮੇਰੇ ਸਾਹੋਂ ਲੱਗੇ ਮੇਰੀ ਮਾਂ ਦੇ ਉਹਦੇ ਟੈਨਸ਼ਨ ਚ ਮੇਰੇ ਬਤਾ ਮੈਸੇਜ ਨਹੀਂ ਮਿਲ ਰਹੇ ਕਿਹਦੇ ਵਾਸਤੇ ਬਤਾ ਮੇਰੇ ਮਲਾਕੀ ਦੇ ਦਿੰਦਾ ਜੀਤ ਇੱਕ ਦਾ ਹੈ ਮੈਂ ਲਾ ਕੇ ਦੇ ਦਿੰਦਾ ਵੀਰੇ ਮੈਂ ਲਾ ਕੇ ਦੇ ਦਿੰਦਾ ਸਮਾਨ ਕੀ ਤੋਂ ਲੈ ਕੇ ਆਇਆ ਰੋਟੀ ਦੇ ਪੋਲਾਂ ਦਾ ਮੈਂ ਜਾਣਦਾ ਹੀ ਨੀ ਵੀਰੇ ਮੈਂ ਤਾਂ ਭੈਣ ਗੜੀ ਪਈ ਆ ਤੁਹਾਨੂੰ ਟੀਕੇ ਲਾ ਲਾ ਕੇ ਇੱਥੇ ਸਾਡੀਆਂ ਮੋਟਰ ਤੋਂ ਬਾਅਦ ਵੀਰੇ ਨਹੀਂ ਗਊਗਾ ਵੀਰੇ ਅੱਜ ਤੋਂ ਬਾਅਦ ਨੀ ਦੇਖੀ ਪੈਰਾਂ ਚ ਉੱਠ ਭੈਣ ਦਿਓ ਲਾਉੜਿਓ ਵੀਰੇ ਇਹ ਜਿਹੜਾ ਨੰਬਰ ਉੱਤੇ ਤੇਰ ਲਵੇ ਆਇਆ ਇਹ ਮੁੰਡਾ ਕਿੱਥੇ ਦਾ ਇਹ ਦਾ ਲੌੜਾ ਟੀਕੇ ਲਾ ਰਿਹਾ ਇੱਥੇ ਮੋਟਰ ਤੇ ਬੈਠਾ ਯਾਰ ਮਾਤਾ ਵੀਰੇ ਬਿਮਾਰ ਆ ਸੌਣ ਲੱਗੇ ਵੀਰੇ ਹੈ ਵੀਰੇ ਉਹ ਪਸਾ ਗਿਆ ਥਾਣੇ ਚ ਕਾਦੀਏ ਨੂੰ ਚੱਲ ਮੈਂ ਤੈਨੂੰ ਸਹੀ ਗੱਲ ਦੱਸਦਾ ਵੀਰੇ ਮੇਰਾ ਖੇੜੀ ਜੱਟਾਂ ਪਿੰਡ ਅੱਜ ਤੋਂ ਬਾਅਦ ਆਧਾਰ ਕਾਰਡ ਨੀ ਹੈਗਾ ਵੀਰੇ ਗਵੀਆਂ ਜਿਹੜੀਆਂ ਸਾਡੀਆਂ ਮੋਟਰਾਂ ਨੇ ਉਹਨਾਂ ਤੋਂ ਇਹ ਜਿਹੜੇ ਸਮੈਕ ਪੀਂਦੇ ਨੇ ਚਿੱਟਾ ਪੀਂਦੇ ਨੇ ਇਹ ਇੰਜੈਕਸ਼ਨ ਉਹਨਾਂ ਤੋਂ ਫੜੇ ਨੇ ਸਾਡੇ ਏਰੀਆ ਜਿਹੜਾ ਸਾਡਾ ਸਾਡੇ ਏਰੀਏ ਦਾ ਕੈਬਨਿਟ ਮੰਤਰੀ ਆ ਬ੍ਰਹਮਿੰਦਰਾ ਅਤੇ ਨਾਲੇ ਰੋਟੀ ਦੇ ਪੋਲਾਂ ਤੋਂ ਕੁਛ ਦੂਰੀ 'ਤੇ ਆ ਨਾਭਾ ਉੱਥੋਂ ਆ ਕੈਬਨਿਟ ਮੰਤਰੀ ਦੋਨਾਂ ਦੇ ਰਹਿਨਮਾਈ ਥੱਲੇ ਇਹ ਸਮਾਨ ਰੋਟੀ ਦੇ ਪੋਲਾਂ 'ਤੇ ਜੱਗਰ ਵਿਕ ਰਿਹਾ ਸਾਡੀਆਂ ਮੋਟਰਾਂ ਤੋਂ ਚੋਰੀ ਹੋ ਰਹੀ ਆ ਕੋਈ ਕੇਬਲਾਂ ਲਾ ਕੇ ਲੈ ਕੇ ਜਾ ਰਿਹਾ ਕੋਈ ਸਾਡੀਆਂ ਮੋਟਰਾਂ ਕੱਢ ਕੇ ਕੋਈ ਟਰਾਂਸਫਾਰਮ ਕੱਢ ਕੇ ਲੈ ਕੇ ਜਾ ਲਾ ਕੇ ਲੈ ਕੇ ਜਾ ਰਹੇ ਨੇ ਸਾਨੂੰ ਇੰਨਾ ਦੁਖੀ ਕਰਿਆ ਪਿਆ ਉੱਥੇ ਸਮੈਕੀਆਂ ਨੇ ਸਾਡੀਆਂ ਮੋਟਰਾਂ 'ਤੇ ਫੁੱਲੇ ਚੋਰੀ ਹੋ ਰਹੀ ਆ ਕੈਪਟਨ ਸਾਹਿਬ ਕਹਿੰਦੇ ਤੇ ਵੀ 4 ਹਫ਼ਤਿਆਂ ਦੇ ਵਿੱਚ ਅਸੀਂ ਚਿੱਟਾ ਖਤਮ ਕਰ ਦਾਂਗੇ 4.5 ਸਾਲ ਹੋ ਗਏ ਹੁਣ ਤੱਕ ਚਿੱਟਾ ਖਤਮ ਨਹੀਂ ਹੋਇਆ ਤੁਸੀਂ ਰੋਟੀ ਦੇ ਪੁਲਾਂ 'ਤੇ ਨਾਕਾ ਲਾ ਕੇ ਕੋਈ ਵੀ ਦੇਖ ਸਕਦਾ ਲੋਕ ਇੰਨੇ ਦੁਖੀ ਨੇ ਉੱਥੋਂ ਲੰਘਿਆ ਵੀ ਨਹੀਂ ਜਾਂਦਾ ਜੇ ਕੋਈ ਗੱਡੀ ਲੈ ਕੇ ਜਾਂਦਾ ਤਾਂ ਗੱਡੀ ਵੀ ਦੇਖ ਕੇ ਲੰਘਾਉਣੀ ਪੈਂਦੀ ਆ ਵੀ ਕੋਈ ਸਮੈਕੀਆ ਲਿਆ ਕੇ ਧੱਕੇ ਨਾਲ ਵਿੱਚ ਨਾ ਮਾਰੇ ਜੀ ਇੱਕ ਬੇਨਤੀ ਹੈ ਜੀ ਅੱਜ ਅਸੀਂ ਸਾਡੀਆਂ ਮੋਟਰਾਂ ਨੇ ਡੀਟੀ ਰੋਡ ਦੇ ਉੱਤੇ ਜਿੱਥੇ ਕੁਬੇਰ ਫੀਲਿੰਗ ਸਟੇਸ਼ਨ ਪੈਟਰੋਲ ਪੰਪ ਪੈਂਦਾ ਉੱਥੋਂ ਨਸ਼ੇ ਵਾਲੇ ਬੰਦੇ ਫੜੇ ਨੇ ਜਿਨ੍ਹਾਂ ਲਵੋਂ ਟੀਕੇ ਫੜੇ ਗਏ ਨੇ ਉਹਨਾਂ ਦੀ ਤੁਹਾਨੂੰ ਵੀਡੀਓ ਵੀ ਦਿਖਾਈ ਜਾਊਗੀ ਇਹ ਜਿਹੜਾ ਸਾਡੇ ਰੋਟੀ ਦੇ ਪੁਲ ਪੈਂਦੇ ਨੇ ਇਹ 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਪੈਂਦੇ ਨੇ ਇੱਕ ਪਟਿਆਲਾ ਦਿਹਾਤੀ ਦੇ ਇੱਕ ਨਾਭਾ ਦੇ ਜੋ ਕਿ ਦੋਵੇਂ ਮਿਨਿਸਟਰ ਨੇ ਜਦਕਿ ਕੈਪਟਨ ਸਾਹਿਬ ਕਹਿੰਦੇ ਤੇ ਵੀ 4.5 ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਬੰਦ ਕਰ ਦਾਂਗੇ 4.5 ਸਾਲ ਬੀਤਣ ਦੇ ਬਾਵਜੂਦ ਵੀ ਨਸ਼ਾ ਬੰਦ ਨਹੀਂ ਹੋਇਆ ਜੀ ਬਹੁਤ ਦੁਖੀ ਹੈ ਜੀ ਮੋਟਰਾਂ 'ਤੇ ਕੇਬਲਾਂ ਚੋਰੀ ਹੋ ਰਹੀਆਂ ਨੇ ਟਰਾਂਸਫਾਰਮ ਚੋਰੀ ਹੋ ਰਹੇ ਨੇ ਅਤੇ ਮੌਕੇ 'ਤੇ ਫਿਰ ਪ੍ਰਸ਼ਾਸਨ ਵੱਲੋਂ ਧਰੇ ਵੀ ਛੇਤੀ ਨਹੀਂ ਜਾ ਰਹੇ ਅਗਲਾ ਕਹਿੰਦਾ ਆਪਦੀ ਭਾਈ ਗੌਰ ਰੱਖੋ ਨਾ ਹੁਣ ਗੌਰ ਰੱਖ ਸਕਦੇ ਲੋਕਾਂ ਦੇ ਜਵਾਕ ਗਾਲੇ ਜਾ ਰਹੇ ਨੇ ਮੇਰੀ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਦੇ ਜੋ ਨਸ਼ਾ ਸਮਗਲਰ ਨੇ ਨੱਥ ਪਾ ਕੇ ਇਹਨੂੰ ਠੱਲ ਪਾਈ ਜਾਵੇ ਜੀ